पंजाब सूबे दे विच पंजाबी लागू करन दीआं गल्लां हो रहीआं ने। सीएम भगवंत मान वल्लों कहा जा रहा कि सरकारी प्राइवेट दफ्तरां दे उत्ते पंजाबी लिखणी सब तों उपर लाजमी होएगी, पर पंजाब सरकार दे अधिकारी ही पंजाब दे मुख्यमंत्री दा हुक्म नहीं मन रहे। देखो ताजा आज पेंट किया महकमे वाले जिहड़े इत्थे पीडब्ल्यूडी वाले ने, इन्होंने ताजा पेंट किया होया है, तो अंग्रेजी तुसीं देखो कि दोनों जगह अंग्रेजी लिखी हुई, पंजाबी कितने दिसदी है। ये हुक्म आम जनता वास्ते जिहड़े लागू करन दीआं गल्लां हो रहीआं ने, पर सरकारी महकमा आप ही उन्हां हुक्मां नूं लागू नहीं कर रहा। ਲੋਕਾਂ ਵਾਸਤੇ ਆਮ ਦੁਕਾਨਦਾਰਾਂ ਵਾਸਤੇ ਜੁਰਮਾਨੇ ਲਗਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਰਕਾਰ ਵੱਲੋਂ, ਪਰ ਤੁਹਾਡੇ ਹੀ ਸਰਕਾਰੀ ਮਹਿਕਮੇ ਵਾਲੇ ਇੰਗਲਿਸ਼ ਲਿਖ ਰਹੇ ਨੇ, ਅੰਗਰੇਜ਼ੀ ਲਿਖ ਰਹੇ ਨੇ, ਇਹਨਾਂ ਦੇ ਉੱਤੇ ਜੁਰਮਾਨੇ ਕਦੋਂ ਲੱਗਣਗੇ? ਠੀਕ ਹੈ, ਪੰਜਾਬ ਸੂਬੇ ਦੇ ਵਿੱਚ ਪੰਜਾਬੀ ਲਾਗੂ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ। ਸੀਐਮ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰੀ ਪ੍ਰਾਈਵੇਟ ਦਫ਼ਤਰਾਂ ਦੇ ਉੱਤੇ ਪੰਜਾਬੀ ਲਿਖਣੀ ਸਭ ਤੋਂ ਉੱਪਰ ਲਾਜ਼ਮੀ ਹੋਏਗੀ, ਪਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀ ਹੀ ਪੰਜਾਬ ਦੇ ਮੁੱਖ ਮੰਤਰੀ ਦਾ ਹੁਕਮ ਨਹੀਂ ਮੰਨ ਰਹੇ। ਇਹ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਦੇਖੋ ਤਾਜ਼ਾ ਅਜੇ ਪੇਂਟ ਕੀਤਾ ਮਹਿਕਮੇ ਵਾਲੇ ਜਿਹੜੇ ਇੱਥੇ ਪੀਡਬਲਿਊਡੀ ਵਾਲੇ ਨੇ, ਇਹਨਾਂ ਨੇ ਤਾਜ਼ਾ ਪੇਂਟ ਕੀਤਾ ਹੋਇਆ ਹੈ, ਅਤੇ ਅੰਗਰੇਜ਼ੀ ਤੁਸੀਂ ਦੇਖੋ ਵੀ ਦੋਨੇ ਜਗ੍ਹਾ ਅੰਗਰੇਜ਼ੀ ਲਿਖੀ ਹੋਈ, ਪੰਜਾਬੀ ਕਿਤੇ ਦਿਸਦੀ ਹੈ। ਇਹ ਹੁਕਮ ਆਮ ਜਨਤਾ ਵਾਸਤੇ ਜਿਹੜੇ ਲਾਗੂ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਸਰਕਾਰੀ ਮਹਿਕਮਾ ਆਪ ਹੀ ਉਹਨਾਂ ਹੁਕਮਾਂ ਨੂੰ ਲਾਗੂ ਨਹੀਂ ਕਰ ਰਿਹਾ, ਕਿਉਂਕਿ ਹੁਣ ਜ਼ਰੂਰਤ ਸੀ ਜਿਸ ਤਰੀਕੇ ਨਾਲ ਸੀਐਮ ਭਗਵੰਤ ਮਾਨ ਨੇ 21 ਫਰਵਰੀ ਜੇ ਦੱਸਿਆ ਜਾ ਰਿਹਾ ਕਿ ਡੇਟ ਦਿੱਤੀ ਹੋਈ, ਉਸ ਤੋਂ ਪਹਿਲਾਂ ਸਾਰੇ ਸਰਕਾਰੀ ਪ੍ਰਾਈਵੇਟ ਅਦਾਰੇ ਜਿਹੜੇ ਪੰਜਾਬੀ ਲਿਖਣਗੇ ਆਪਣੀ ਦੁਕਾਨਾਂ ਦੇ ਉੱਪਰ ਸਰਕਾਰੀ ਅਦਾਰਿਆਂ ਦੇ ਉੱਤੇ। ਪਰ ਇਹ ਤੁਸੀਂ ਦੇਖੋ ਕਿ ਇਹ ਜਿਹੜਾ ਸਰਕਾਰੀ ਮਹਿਕਮਾ ਹੈ, ਸਰਕਾਰ ਦੇ ਹੁਕਮ ਨੇ, ਉਸਦੇ ਬਾਵਜੂਦ ਵੀ ਅੰਗਰੇਜ਼ੀ ਲਿਖੀ ਜਾ ਰਹੀ ਹੈ, ਪੰਜਾਬੀ ਕਿਤੇ ਦਿਸਦੀ ਨਹੀਂ। ਇਸ ਨੂੰ ਲੈ ਕੇ ਜਦੋਂ ਅਸੀਂ ਵੀ ਰਾਹ ਦੇ ਵਿੱਚ ਜਾ ਰਹੇ ਸੀ, ਸਾਨੂੰ ਸਭ ਤੋਂ ਪਹਿਲਾਂ ਇਹੀ ਦੱਸਿਆ ਕਿ ਆਮ ਲੋਕਾਂ ਵਾਸਤੇ ਆਮ ਦੁਕਾਨਦਾਰਾਂ ਵਾਸਤੇ ਜੁਰਮਾਨੇ ਲਗਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਰਕਾਰ ਵੱਲੋਂ, ਪਰ ਤੁਹਾਡੇ ਹੀ ਸਰਕਾਰੀ ਮਹਿਕਮੇ ਵਾਲੇ ਇੰਗਲਿਸ਼ ਲਿਖ ਰਹੇ ਨੇ, ਅੰਗਰੇਜ਼ੀ ਲਿਖ ਰਹੇ ਨੇ, ਇਹਨਾਂ ਦੇ ਉੱਤੇ ਜੁਰਮਾਨੇ ਕਦੋਂ ਲੱਗਣਗੇ? ਇਹ ਬਹੁਤ ਸੋਚਣ ਵਾਲੀ ਗੱਲਾਂ ਨੇ। ਇਕੱਲੇ ਆਮ ਜਨਤਾ ਨੂੰ ਹੀ ਡਰਾ ਧਮਕਾ ਕੇ ਜਿਹੜੀਆਂ ਕੋਈ ਵੀ ਕਾਨੂੰਨ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਪਰ ਪਹਿਲਾਂ ਸਰਕਾਰੀ ਅਦਾਰੇ ਸਰਕਾਰੀ ਮਹਿਕਮਿਆਂ ਨੂੰ ਚਾਹੀਦਾ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਪੰਜਾਬੀ ਹੀ ਲਿਖਣੀ ਹੈ ਕਿ ਸਭ ਤੋਂ ਪਹਿਲਾਂ। ਇਹ ਤੁਸੀਂ ਦੇਖੋ ਕਿ ਦੋਨੇ ਜਗ੍ਹਾ ਜੇ ਆਪਾਂ ਦਿਖਾਈਏ, ਕੁਰਾਲੀ ਦਾ ਅਤੇ ਬਲੌਕ ਮਜਲੀ ਦਾ ਜਿਹੜਾ ਲਿਖਿਆ ਹੋਇਆ ਤਾਂ ਅੰਗਰੇਜ਼ੀ ਲਿਖਿਆ ਹੋਇਆ, ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਿੰਦੇ ਹਾਂ, ਕਿਤੇ ਇਹ ਨਾ ਸੋਚੇ ਵੀ ਇੱਕ ਪਾਸੇ ਹੀ ਦਿਖਾ ਰਹੇ ਹਾਂ, ਦੂਜੇ ਪਾਸੇ ਮੈਂ ਕੈਮਰਾ ਮੈਨੂੰ ਕਹਾਂਗਾ ਕਿ ਦੂਜੇ ਪਾਸੇ ਦੇਖੋ ਜੇ ਤਾਜ਼ਾ ਤਾਜ਼ਾ ਲਿਖਿਆ ਹੋਇਆ। ਕੱਲ੍ਹ ਪਰਸੋਂ ਦੀ ਉਹ ਗੱਲ ਹੈ, ਅਸੀਂ ਕੱਲ੍ਹ ਪਰਸੋਂ ਜਿਹੜੇ ਨਿਕਲ ਰਹੇ ਸੀ ਇੱਥੋਂ ਤਾਂ ਇੱਥੇ ਚੰਗਾ ਭਲਾ ਇਹ ਲੱਗਿਆ ਹੋਇਆ ਸੀ ਪੰਜਾਬੀ ਬੋਰਡ, ਪਰ ਤੁਸੀਂ ਦੇਖੋ ਕਿ ਅੰਗਰੇਜ਼ੀ ਇੱਥੇ ਇੱਧਰ ਵੀ ਅੰਗਰੇਜ਼ੀ ਲਿਖ ਦਿੱਤੀ ਸ਼ਿਮਲਾ, ਅਤੇ ਨਾਲ ਤੁਸੀਂ ਦੇਖੋ ਚੰਡੀਗੜ੍ਹ ਦਾ ਜਿਹੜਾ ਲੱਗਿਆ ਹੋਇਆ ਲੋਗੋ, ਤਾਂ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਕਿ ਇਸ ਨੇਮ ਪਲੇਟ ਦੇ ਉੱਤੇ ਅੰਗਰੇਜ਼ੀ ਦੋਵੇਂ ਜਗ੍ਹਾ ਲਿਖਤੀ, ਕਿਤੇ ਪੰਜਾਬੀ ਨਜ਼ਰ ਨਹੀਂ ਆ ਰਹੀ। ਇਹ ਇਕੱਲਾ ਗੱਲਾਂ 'ਚ ਹੀ ਸਰਕਾਰ ਚਾਹੁੰਦੀ ਹੈ ਕਿ ਕਿਤੇ ਨਾ ਕਿਤੇ ਅਸੀਂ ਪੰਜਾਬੀ ਲਾਗੂ ਕਰ ਦਈਏ, ਪਰ ਜਿਹੜੇ ਤੁਹਾਡੇ ਸਰਕਾਰੀ ਅਦਾਰੇ ਨੇ ਉਹੀ ਨਹੀਂ ਮੰਨ ਰਹੇ ਹੁਕਮ। ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਤੱਕ ਇਹ ਵੀਡੀਓ ਪਹੁੰਚਾਓ, ਵੱਧ ਤੋਂ ਵੱਧ ਸ਼ੇਅਰ ਕਰੋ, ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੇ ਸਰਕਾਰੀ ਮਹਿਕਮੇ ਵਾਲੇ ਸਰਕਾਰੀ ਅਦਾਰੇ ਉਹਨਾਂ ਦੇ ਹੁਕਮ ਨਹੀਂ ਮੰਨ ਰਹੇ। ਅਸੀਂ ਇਸ ਸਮੇਂ ਕੁਰਾਲੀ ਚੰਡੀਗੜ੍ਹ ਰੋਡ ਦੇ ਉੱਤੇ ਖੜ੍ਹੇ ਹਾਂ, ਜਿੱਥੇ ਕਿ ਇਹ ਜਿਹੜੇ ਪੋਲ ਲਗਾਏ ਹੋਏ ਨੇ, ਇਹ ਜਿਹੜੇ ਸਾਹਮਣੇ ਤੁਸੀਂ ਦੇਖੋ ਕਿ ਦੋਨੇ ਪਾਸੇ, ਜੇ ਆਪਾਂ ਦੂਜੇ ਪਾਸੇ ਦਿਖਾਈਏ, ਦੂਜੇ ਪਾਸੇ ਵੀ ਇੱਦਾਂ ਹੀ ਲੱਗਿਆ ਹੋਇਆ, ਉਹ ਵੀ ਅੰਗਰੇਜ਼ੀ 'ਚ ਲੱਗਿਆ ਹੋਇਆ, ਪਰ ਚਾਹੀਦਾ ਤਾਂ ਇਹ ਸੀ ਕਿ ਸ਼ੁਰੂਆਤ ਸਰਕਾਰੀ ਅਦਾਰਿਆਂ ਤੋਂ ਹੋਣੀ ਚਾਹੀਦੀ ਸੀ, ਸਰਕਾਰੀ ਮਹਿਕਮੇ ਵਾਲਿਆਂ ਨੂੰ ਹੁਕਮ ਪਹਿਲ ਆਧਾਰ 'ਤੇ ਮੰਨਣਾ ਚਾਹੀਦਾ, ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀਆਂ ਸਰਕਾਰੀ ਤਨਖਾਹਾਂ ਲੈ ਰਹੇ ਨੇ, ਪਰ ਉਸਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਅੰਗਰੇਜ਼ੀ 'ਚ ਜਿਹੜੇ ਇਹ ਨੇਮ ਪਲੇਟਾਂ ਲਿਖੀਆਂ ਜਾ ਰਹੀਆਂ ਨੇ। ਅਤੇ ਅਸੀਂ ਉਮੀਦ ਕਰਦੇ ਜਿੰਨੇ ਲੋਕ ਵੱਧ ਤੋਂ ਵੱਧ ਦੇਖ ਰਹੇ ਨੇ, ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ, ਜੋ ਕਿ ਆਮ ਆਦਮੀ ਪਾਰਟੀ ਦੇ ਇਕੱਲੇ ਇਕੱਲੇ MLA ਅਤੇ ਨਾਲ ਸੀਐਮ ਭਗਵੰਤ ਮਾਨ ਤੱਕ ਪਹੁੰਚ ਸਕੇ ਕਿ ਤੁਹਾਡੇ ਹਲਕਿਆਂ ਵਿੱਚ, ਤੁਹਾਡੇ ਪੰਜਾਬ ਦੇ ਵਿੱਚ ਤੁਹਾਡੇ ਹੀ ਅਧਿਕਾਰੀ ਅਜੇ ਹੁਕਮ ਨਹੀਂ ਮੰਨ ਰਹੇ, ਤਾਂ ਦੇਖਦੇ ਹਾਂ ਕਿ ਕਦੋਂ ਹੁਣ ਸੀਐਮ ਭਗਵੰਤ ਮਾਨ ਦੇ ਹੁਕਮਾਂ ਦੀ ਪਾਲਣਾ ਸਰਕਾਰੀ ਅਦਾਰੇ ਪਹਿਲ ਦੇ ਆਧਾਰ 'ਤੇ ਕਰਦੇ ਨੇ, ਆਮ ਲੋਕਾਂ ਨੂੰ ਜਿਹੜਾ ਹੁਕਮ ਮੰਨਣਾ ਜਲਦੀ ਜਿਹੜਾ ਸ਼ੁਰੂ ਹੋ ਜਾਏਗਾ ਅਗਰ ਸਰਕਾਰੀ ਅਦਾਰੇ ਆਪ ਮੰਨਣੇ ਸ਼ੁਰੂ ਕਰ ਦੇਣ। ਤਾਂ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ, ਜਿਹਦੇ ਨਾਲ ਕਿ ਹਰ ਤਰ੍ਹਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆ ਸਕੀਏ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ।